ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਗੁਰਦੁਆਰਾ ਸਿੰਘ ਸਭਾ ਸਰਗੁੰਦੀ ਰੋਡ ਗੁਰਾਇਆ ਦੀ ਪ੍ਰਬੰਧਕ ਕਮੇਟੀ ਤੇ ਮਹੱਲਾ ਨਿਵਾਸੀਆਂ ਵੱਲੋਂ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਨੂੰ ਦੇਖਦੇ ਹੋਏ ਪਿਛਲੇ 3 ਦਿਨਾਂ ਤੋਂ ਅਮਨ ਕਲੋਨੀ ਦੇ ਨੇੜੇ ਵਿਨਾਇਕ ਸਕੂਲ ਵਿੱਚ ਜ਼ਰੂਰਤਮੰਦ ਪਰਿਵਾਰਾਂ ਨੂੰ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਹਰਮਿੰਦਰ ਸਿੰਘ, ਸਤਨਾਮ ਸਿੰਘ, ਅਵਤਾਰ ਸਿੰਘ, ਜਸਵੀਰ ਸਿੰਘ, ਜਸਵੰਤ ਸਿੰਘ, ਤਵਿੰਦਰ ਸਿੰਘ, ਟੋਨੀ ਢਿੱਲੋਂ, ਜਗਦੀਪ ਸਿੰਘ, ਧਰਮਿੰਦਰ ਸਿੰਘ ਆਦਿ ਹਾਜ਼ਰ ਸਨ। ਸਾਡੇ ਘਰ ਤੱਕ ਰੋਟੀ ਲਿਆਂਦੀ, ਉਹ ਸਰਕਾਰ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਮਾਹੌਲ ਦੇ ਵਿੱਚ ਸਾਨੂੰ ਪੁੱਛਿਆ ਗਿਆ। ਅਸੀਂ ਸਾਰੇ ਲੋਕ ਤਿਆਰ ਹੈਗੇ ਹਾਂ ਕਰੋਨਾ ਤੋਂ ਲੜਨ ਵਾਸਤੇ ਔਰ ਜਿੱਤ ਕੇ ਦਿਖਾਉਣਾ ਵਾ। ਜੈ ਹਿੰਦ, ਜੈ ਭਾਰਤ।